जी वाह। तो जी है बाहर रही नहीं, अंडे खराब करते दे देते अंडे हुन देते तो दी थोड़ी कमजोर हुई। लो जी है लगातार देते चार पहले दिखा दियो। ये मेरे घर दी है, ये मेरे को 24 साल हो गए ने इलाके। जी दोस्तों देखो राणा साहब दे लाखे कबूतर जेड़ी मेरे को 34 नंबर कबूतरी उड़दी रही है ना जी 3-4 साल 17 च भी चैंपियन हुई सी वो भी इना दी सी। ठीक हो गए बाबा रा कबूतर छाड़े पुत्र माशाल्लाह। अच्छा राणा साहब लाल बुलियां बड़े फास्ट और सुपीरियर कबूतर, शाह परवाज बड़े सियाने कबूतर, लाखियां दा विच फंक्शन मतलब की कहंदे हो तुसीं लाखियां दे बारे और तुहाडे कोई कित्थों आए किस तरह आए? आ छत दिखाओ सामने आओ। सब तो पहले मैं जदों 9वीं 10वीं पढ़दा सी मैं इत्थे कबूतर उड़ांदा सी। अच्छा जी ठीक है। उठे ना एक दिन फड़कां सी ਉਦੋਂ ਵੀ ਮੈਂ ਖੁਦ ਹੀ ਕਬੂਤਰ ਉਡਾਉਂਦਾ ਸੀ। ਅੱਛਾ ਜੀ ਮਤਲਬ ਇਸ ਲੈਵਲ ਤੇ ਉਦੋਂ ਵੀ ਅੱਲਾਹ ਤਾਲਾ ਦਾ ਇਤਨਾ ਕਰਮ ਸੀ ਕਿ ਇੱਥੇ 8 ਕੱਪ ਉੜੇ ਤੇ ਮੈਂ 8 ਹੀ ਜਿੱਤ ਲਏ। ਜਿੰਦਾਬਾਦ ਇਸ ਤਰ੍ਹਾਂ ਨਾ ਜਿਸ ਤਰ੍ਹਾਂ ਹੁੰਦਾ ਆਪਣਾ ਟਾਊਨ ਦੇ ਵਿੱਚ ਕਬੂਤਰਬਾਜ਼ੀ ਉਹ ਮੈਂ ਕਰ ਰਿਹਾ ਸੀ। ਉਹਦੇ ਵਿੱਚ ਕਬੂਤਰ ਇੱਕ ਉੱਪਰ ਆਇਆ ਕਾਫੀ ਇਤਨਾ ਬੜਾ ਕਬੂਤਰ ਸੀ ਨਾ ਜੋ ਸੈਂਟਰ ਜੋ ਦੇ ਪਰ 4-5 ਕਾਲੇ ਸੀ ਤੇ ਪੋਟੇ ਤੱਕ ਜਿਸ ਤਰ੍ਹਾਂ ਲੱਖਾਂ ਤੇ ਜਿਸ ਤਰ੍ਹਾਂ ਟੈੜੀਆਂ ਦੀਆਂ ਅੱਖਾਂ ਨੀ ਪਲੇਨ ਉਹਦੇ ਕੋਈ ਰਿੰਗ ਸ਼ਿੰਗ ਨਹੀਂ ਅੱਖ ਚ। ਅੱਛਾ ਆ ਜਿਹੜੇ ਬਰੀਡਿੰਗ ਸਾਈਨ ਤੇ ਬਰੀਡਿੰਗ ਰਿੰਗ ਤੇ ਲਾਕ ਤੇ ਫਲੌਕ ਕੁਛ ਨਹੀਂ ਸੀ ਉਹਦਾ ਕੋਈ ਕੋਈ ਕਲਾਕ ਹੀ ਸੀ 7 ਵਜੇ ਦਾ। ਅੱਛਾ ਪਲੇਨ ਅੱਖ ਅੱਖ ਦਾ ਜਿਹੜਾ ਨੂਰ ਆ ਉਹਦੇ ਨਾਲ ਵੀ ਕੋਈ ਰਿੰਗ ਨਹੀਂ। ਠੀਕ ਹੈ ਪਲੇਨ ਕੋਈ ਜ਼ਰਾ ਨਹੀਂ ਲੱਖਾਂ ਕਬੂਤਰ ਪੋਟੇ ਤੱਕ ਛਾਤੀ ਤੱਕ ਦੋਮ ਚ 8 ਪਰ ਜਾਂ 7 ਪਰ ਉਹਦੇ ਕਾਲੇ ਕਾਲੇ ਜਾਮਨੂ ਨੂੰ ਰੰਗ ਲੱਗਾ ਸੀ ਮੈਂ ਨਾ ਬੱਚੇ ਸੀ ਸੋਹਣਾ ਲੱਗਾ ਉਹਨੂੰ ਕੱਟ ਕੇ ਛੱਡ ਲਿਆ। ਪਹਿਲੇ ਮੇਰੇ ਇੱਕ ਦੋਸਤ ਹੁੰਦੇ ਸੀ ਤੇ ਮੇਰਾ ਇੱਕ ਉਸਤਾਦ ਵੀ ਹੁੰਦਾ ਸੀ ਪਹਿਲੇ ਜਦੋਂ ਮੈਂ ਨਵਾਂ ਨਵਾਂ ਸ਼ਾਗਿਰਦ ਹੋਇਆ ਬਿਗਨਿੰਗ ਤੇ ਹੁਣ ਵੀ ਖੈਰ ਸਾਡਾ ਉਸਤਾਦ ਹੀ ਆ ਉਹ ਦੋਸਤ ਵੀ ਆ ਉਹਨਾਂ ਕੋਲ ਸ਼ੇਖ ਨਸੀਬ ਉਸਤਾਦ ਹੋਏ ਫੈਸਲਾਬਾਦ ਦੇ ਬਹੁਤ ਬੜੇ ਜਿਨ੍ਹਾਂ ਨੂੰ ਸ਼ੇਖ ਸੀਬਾ ਕਹਿੰਦੇ 3 ਉਸਤਾਦ ਹੋਏ ਜਿਨ੍ਹਾਂ ਨੂੰ ਮੈਂ ਮੰਨਦਾ ਜੀ ਸਦੀਕ ਘੰਟਾ ਕਰੀਆ ਅੱਛਾ ਜੀ ਰਿਫਰ ਸ਼ਾਹ ਮਰੂਮ ਤੇ ਆਪਣਾ ਇਹ ਸ਼ੇਖ ਸੀਬਾ ਸਾਹਿਬ। ਅੱਛਾ ਇਹਨਾਂ ਦੀ ਇੱਕ ਕਬੂਤਰੀ ਦੀ ਸਿਆਲਕੋਟੀ ਟਾਈਪ ਨਾ ਉਸਤਾਦ ਭੋਲੇ ਮੈਨੂੰ ਇਹ ਪਤਾ ਸੀ ਕਿ ਮੈਲੀ ਔਰ ਸਫੇਦ ਅੱਖ ਨੂੰ ਲਾਓ ਤੇ ਕਬੂਤਰ ਉੜਦੇ ਇੰਨੀਆਂ ਗੱਲਾਂ ਦਾ ਪਤਾ ਸੀ ਕਿਉਂਕਿ ਉਸਤਾਦਾਂ ਹੀ ਮੈਂ ਉਦੋਂ ਵੀ ਬਹਿੰਦਾ ਸੀ ਸਾਰੇ ਬੜਿਆਂ ਨੇ ਕਬੂਤਰ ਸ਼ਬੂਤਰ ਰੱਖੇ ਸੀ ਤੇ ਅਸੀਂ ਵਿੱਚ ਜਾ ਕੇ ਬਹਿ ਜਾਣਾ ਤੇ ਗੱਲਾਂ ਗੁੱਲਾਂ ਉਹ ਮੈਂ ਜ਼ੈਨ ਭਾਈ ਜੋੜਾ ਲਾ ਦਿੱਤਾ ਤੇ ਉਹ ਮੈਂ ਐਵੇਂ ਨਾ 7-8 ਕੱਟ ਲਏ ਉਹ ਮੇਰੇ ਕੋਲ ਉਦੋਂ 7-7 ਵਜੇ ਤੱਕ ਉੜੇ ਉਸ ਲਾਖੇ ਦੇ ਉਹਦੇ ਨਾਲ। ਠੀਕ ਹੈ ਉਹ ਫਿਰ ਮੈਂ 13-14 ਦੇ ਬੱਚੇ ਕੱਟ ਕੇ ਅੱਗੋ ਫਿਰ ਅਸੀਂ ਇੱਥੇ ਚਲਾਏ ਤੇ ਅੱਜ ਮੇਰਾ ਖਿਆਲ 23-24 ਸਾਲ ਹੋ ਗਏ ਇਸ ਗੱਲ ਨੂੰ ਇਹ ਮੇਰੇ ਕੋਲ ਉਂਝ ਹੀ ਆ ਕਬੂਤਰ ਇਸ ਤਰ੍ਹਾਂ ਬਣੇ ਆ ਸ਼ੇਖ ਸੀਬੇ ਵਾਲੀ ਮਾਦੀ ਓਰਿਜਨਲ ਸ਼ੇਖ ਵਾਲੀ ਮਤਲਬ ਸਿਆਲਕੋਟੀ ਟਾਈਪ ਬਹੁਤ ਜ਼ਰੇਦਾਰ ਉਹਦੀ ਅੱਖ ਸੀ ਮੈਨੂੰ ਪੱਥਰ ਅੱਖ ਕਹਿੰਦੇ ਤੇ ਟੋਪੀ ਜਿਹੀ ਸੀ ਹਲਕੀ ਜਿਹੀ ਜਿਵੇਂ ਵਹਿਸ਼ੀ ਕਬੂਤਰ ਨੀ ਹੁੰਦੇ ਇੱਥੇ ਉਹ ਸੀ ਇਹਦੇ ਨਾਲ ਮੈਂ ਬਾਈ ਤੇ ਇਹ ਕਬੂਤਰ ਮੇਰੇ ਉਦੋਂ ਦੇ ਚੱਲ ਰਹੇ ਠੀਕ ਹੋ ਔਰ ਇਹਨਾਂ ਦੀ ਪਰਫਾਰਮੈਂਸ ਜੇਡ ਦੇ ਵਿੱਚ ਬਹੁਤ ਲੰਬੀ ਹੈ ਬਹੁਤ ਸੀ ਜਗ੍ਹਾ ਦੇ ਕਬੂਤਰ ਬਹੁਤ ਲੰਬੇ ਉੜੇ। ਠੀਕ ਹੋ ਗਿਆ ਲਓ ਜੀ ਕਿਹਾ ਆਇਆ ਨਾ ਇਹ ਕਬੂਤਰ ਸਾਡੇ ਇਲਾਕਿਆਂ ਜਾਣ ਤੇ ਸੇਮ ਰਿਜ਼ਲਟ ਦਿੰਦੇ ਨੇ ਨਾ ਦੇਖੋ ਜੀ ਇਹਨਾਂ ਨੂੰ ਹਨੇਰੇ ਜੀ ਲਾਣਾ ਪੈਣਾ ਜਿੱਥੇ ਟੈਂਪਰੇਚਰ ਘੱਟ ਹੋਏਗਾ ਫੈਸਲਾਬਾਦ ਦਾ ਜਿਹੜਾ ਟੈਂਪਰੇਚਰ ਆ ਦੇਖੋ ਇੱਥੇ ਜਿਤਨਾ ਅਸੀਂ ਇੱਧਰ ਮਤਲਬ ਪਿੱਛੇ ਨੂੰ ਹਟਦੇ ਜਾਵਾਂਗੇ ਟੈਂਪਰੇਚਰ ਵੱਧਦਾ ਜਾਏਗਾ ਮੇਰਾ ਮਕਸਦ ਝੰਗ ਰੋਡ ਤੁਸੀਂ ਚੜ ਜਾਓ ਝੰਗ ਆ ਗਿਆ ਝੰਗ ਤੋਂ ਅੱਗੇ ਲਈਆ ਪੱਖਰ ਸਾਰਾ ਫੈਸਲਾਬਾਦ ਤੋਂ ਵੀ ਟੈਂਪਰੇਚਰ ਤੇਜ਼ ਹੁੰਦਾ ਜਾਏਗਾ ਸਿੰਧ ਤੱਕ ਭਾਵਲ ਨਗਰ ਤੱਕ ਸਿੰਧ ਤੱਕ ਖੁਸ਼ਕ ਹਵਾਵਾਂ ਚੱਲਦੀਆਂ ਜਦੋਂ ਉਧਰੋਂ ਹਵਾ ਇੱਧਰ ਦੀ ਚੱਲਦੀ ਨਾ ਜਿਹਨੂੰ ਮੈਂ ਢਾਵੀ ਕਹਿੰਦਾ ਜਿਹਨੂੰ ਮਤਲਬ ਪੁਰਾਣੇ ਬੰਦੇ ਦੱਖਣ ਵੀ ਕਹਿੰਦੇ ਉਹਦੇ ਵਿੱਚ ਤੇ ਕਬੂਤਰ ਸਵੇਰੇ ਉੱਠਦਾ ਫੈਸਲਾਬਾਦ ਦੇ ਵਿੱਚ ਤੇ ਅੱਧਾ ਜਾ ਕੇ ਪੁੱਠਾ ਖਲੋ ਜਾਂਦਾ ਡੁੱਬਦਾ ਵੀ ਨਹੀਂ ਤੇ ਜਾਂਦਾ ਐਡਾ ਵੱਡਾ ਤੇ ਆਂਦਾ ਇੰਨਾ ਕਾ 11 ਵਜੇ ਇਹਨੂੰ ਅਸੀਂ ਹਾਰਡ ਵੇਵ ਵੀ ਕਹਿੰਦੇ ਜਿਹੜੀ ਫੈਸਲਾਬਾਦ ਚ ਚੱਲਦੀ ਤੇ ਇਸ ਤਰ੍ਹਾਂ ਅੱਗੇ ਨੂੰ ਚੱਲ ਜਾਈਏ ਇਹਦੇ ਟੈਂਪਰੇਚਰ ਚ ਫਰਕ ਆਂਦਾ ਜਾਂਦਾ ਫੈਸਲਾਬਾਦ ਦੇ ਵਿੱਚ ਇਹ ਕਬੂਤਰ ਮੇਰੇ ਕੋਲ 34 ਨੰਬਰ ਸਭ ਨੂੰ ਪਤਾ 7:28 ਤੱਕ ਬੈਠੀ ਔਰ ਪੰਜਾਬ ਦੀ ਬਾਜ਼ੀ ਦੇ ਵਿੱਚ ਵੀ
ਆਖਰੀ ਤਿੰਨ ਫੜਕਾਂ ਲੱਖ ਹੀ ਮਾਦੀ ਜਿੱਤੀ ਸੀ ਤਿੰਨੇ ਦਿਨ ਛੇ ਇਕੱਤੀ ਛੇ ਇਕੱਤੀ ਤੇ ਛੇ ਇਕੱਤੀ ਨਾ ਇੱਕ ਮਿੰਟ ਉੱਪਰ ਨਾ ਇੱਕ ਮਿੰਟ ਥੱਲੇ ਇਹੀ ਜਿੱਤ ਕੇ ਹੀ ਬੈਠੀ ਸੀ ਹਰ ਰੋਜ਼ ਰੋਜ਼ ਛੇ ਇਕੱਤੀ ਜੇਠ ਹਾਂਜੀ ਜੇਠ ਦੇ ਵਿੱਚ ਮੇਰੇ ਕੋਲ ਚਾਰ ਸਾਲ ਉੜੀ ਆ ਸਤਾਰਾਂ ਦੀ ਚੈਂਪੀਅਨਸ਼ਿਪ ਦੇ ਵਿੱਚ ਬੜੀ ਕਰੂਸ਼ਲ ਬਾਜ਼ੀ ਸੀ ਬਹੁਤ ਟੈਂਪਰੇਚਰ ਸੀ ਪੂਰਾ ਸ਼ਹਿਰ ਉੱਥੇ ਸੀ ਤੇ ਇੱਕ ਬੰਦੇ ਦਾ ਕਬੂਤਰ ਮਤਲਬ ਫੈਸਲਾਬਾਦ ਨੂੰ ਜਿੱਤ ਕੇ ਬੈਠਾ 4:09 ਤੇ ਮੇਰੀ ਕਬੂਤਰੀ 4:45 ਥੱਲੇ ਆ ਗਈ ਲਾਸਟ ਇਹ 34 ਨੰਬਰ ਅੱਛਾ ਤੇ ਉਹਨਾਂ ਨੇ ਕਿਹਾ ਜੀ ਉਹਦਾ ਵੀ ਨਿਕਲਿਆ ਮੈਂ ਵੀ ਦਿਲ ਚ ਗਿਆ ਮੈਂ ਕਿਹਾ ਤੂੰ ਵੀ ਮੁੜ ਜਾ ਤੂੰ ਵੀ ਇੱਥੇ ਕਰਦੀ ਬਾਜੀ ਦੇਖੋ ਜਿਹੜੀ 8ਵੀਂ 9ਵੀਂ ਬਾਜੀ ਹੁੰਦੀ ਨਾ ਫਿਕਸ ਬਾਜੀ ਦੇ ਵਿੱਚ ਇਹ ਬਾਜੀ ਚੜ੍ਹ ਜੇ ਲੱਥਦੀ ਨੀ ਇਹ ਨੀ ਲੱਥਦੀ ਬਹੁਤ ਔਖੀ ਲੱਥਦੀ ਅੱਲਾ ਵੱਲੋਂ ਕੋਈ ਕਰਮ ਹੋ ਜਾਏ ਕਿਸੇ ਦਾ ਲੱਥਦੀ ਨਹੀਂ ਤੇ ਨਹੀਂ ਲੱਥਦੀ ਮੈਂ ਕਿਹਾ ਯਾਰ ਅੱਜ ਬਾਜੀ ਪਲਟ ਗਈ ਨਾ ਕੰਮ ਖਰਾਬ ਹੋ ਜਾਣਾ ਮਾਦੀ ਨੇ ਚੱਕਰੀ ਮਾਰੀ ਇੰਜ ਕਰਕੇ ਘੁੰਮੀ ਸਮਾਨ ਚਲੀ ਗਈ ਉਹ ਬੈਠਾ ਰੇ ਇਹ ਕਬੂਤਰੀ ਮੁੜ ਕੇ 5 ਨਿਕਲੀ ਮੇਰੀ 34 ਨੰਬਰ 5:18 ਤੇ ਪੂਰੇ ਜ਼ਿਲ੍ਹੇ ਨੂੰ ਟਾਪ ਕਰਕੇ ਬੈਠੀ ਸੀ ਬਹੁਤ ਸ਼ਦੀਦ ਗਰਮੀ ਸੀ ਉਦੋਂ ਮੇਰੇ ਕੋਲ ਇੱਕ ਮਾਦੀ ਸੀ ਤੇ 4 ਮੇਰੇ ਬੱਚੇ ਸੀ ਫਿਰ 9ਵੀਂ ਬਾਜੀ ਆਈ 9ਵੀਂ ਬਾਜੀ ਦੇ ਵਿੱਚ 34 ਨੰਬਰ ਪਹਿਲੀ 4:54 ਤੇ ਬੈਠੀ ਤੂਫਾਨ ਬਹੁਤ ਸੀ ਥੱਲੇ ਰਹਿ ਗਈ ਸੀ ਥੋੜੀ ਤੂਫਾਨ ਚ ਘੱਟ ਉੜਦੀ ਸੀ ਤੇ ਬੱਚੇ ਮੇਰੇ ਬੈਠੇ ਸੀ ਉਸ ਦਿਨ 8:03 ਤੱਕ ਰਾਤ 8:03 ਡਰਬੀ ਵਾਲੀ ਬੈਠੀ ਸੀ ਓਵਰ ਟਾਈਮ ਤੇ 7:51 ਤੇ 23 ਨੰਬਰ ਬੈਠਾ ਸੀ ਮੇਰਾ ਉਹ ਹੈ ਮੇਰੇ ਕੋਲ ਇੱਥੇ ਪਿਆ ਮੈਂ ਉਡਾਇਆ ਨੀ ਮੁੜ ਕੇ ਨਾ ਜੋੜੇ ਲਾਇਆ ਇੱਥੇ ਹੀ ਪਿਆ ਅੱਛਾ ਜੀ ਬਾਬਰ 34 ਨੰਬਰ ਦੀ ਭੈਣ ਨਹੀਂ ਮੈਂ ਤੁਹਾਨੂੰ 34 ਨੰਬਰ ਦੀ ਬਿਲਕੁਲ ਇਹੀ ਸੀ ਹਾਂ ਜਿਹੜੀ ਉਹਦੇ ਨਾਲ ਲੱਗੀ ਸੈਂਟਰ ਚ ਆ ਫਰਾਂਸੀ ਮਾਸ਼ਾਅੱਲਾ ਇਹ ਬਹੁਤ ਅੱਛੀ ਗੱਲ ਹੈ ਰਾਣਾ ਸਾਹਿਬ ਜਿਹੜਾ ਤੁਸੀਂ ਉਡਾ ਕੇ ਕਬੂਤਰ ਨੂੰ ਬਰੀਡ ਦੇ ਵਿੱਚ ਲੈ ਕੇ ਆਉਂਦੇ ਹੋ ਫਿਰ ਕੌਨਫੀਡੈਂਸ ਲੈਵਲ ਬੰਦੇ ਦਾ ਮਜ਼ਬੂਤ ਹੋ ਜਾਂਦਾ ਔਰ ਅੱਗੇ ਪਰਫਾਰਮੈਂਸ ਤੇ ਕਬੂਤਰ ਦੀ ਫੇਰ ਵੀ ਤੁਸੀਂ ਲੈਣੀ ਹੀ ਲੈਣੀ ਹਾਂਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕੁਛ ਉਸਤਾਦ ਇਹ ਗੱਲ ਕਰਦੇ ਆ ਕਿ ਕਬੂਤਰ ਅਸਮਾਨ ਚ ਲੇਕਿਨ ਮੈਂ ਇਸ ਗੱਲ ਦਾ ਕਾਇਲ ਨਹੀਂ ਕਬੂਤਰ ਵਾਕਈ ਅਸਮਾਨ ਚ ਲੇਕਿਨ ਤੁਹਾਨੂੰ ਕੋ ਨੌ ਹੋਊਗੀ ਪਰ ਦੀ ਕੁੰਦੇ ਦੀ ਨਸਲ ਦੀ ਮਤਲਬ ਜਿਹੜੇ ਇਹ ਗੱਲਾਂ ਕਰਦੇ ਫਿਰ ਉਹ ਡੱਬੇ ਛੱਡ ਲੈਣ ਚਪੜੇ ਛੱਡ ਲੈਣ ਚੀਨੇ ਛੱਡ ਲੈਣ ਦੂਜੇ ਛੱਡ ਲੈਣ ਤੀਜੇ ਛੱਡ ਲੈਣ ਅੱਛੇ ਕਬੂਤਰ ਹੀ ਕਿਉਂ ਛੱਡਦੇ ਗੱਲ ਇਹ ਹੈ ਕਿ 60-70% ਉਸਤਾਦ ਦਾ ਟੇਵਾ ਹੁੰਦਾ ਠੀਕ ਹੈ ਕਿ ਅੱਛੇ ਕਬੂਤਰ ਉਡਾਣਾ ਨੇ ਦੇਖਿਆ ਉਹਦਾ ਪਰ ਕਿਸ ਤਰ੍ਹਾਂ ਦਾ ਸੀ ਉਹਦੀ ਅੱਖ ਕਿਸ ਤਰ੍ਹਾਂ ਦੀ ਹੈ ਇਹਨਾਂ ਚੀਜ਼ਾਂ ਨੂੰ ਅਸੀਂ ਕਾਊਂਟ ਕਰਕੇ ਅੱਗੇ ਜਾਂਦੇ ਹਾਂ ਨਾ ਕਿ ਇਹ ਗੱਲ ਅਸੀਂ ਕਰਦੇ ਹਾਂ ਕਿ ਹਾਂ ਡੰਡਾ ਤੇ ਮਾਰਨਾ ਹੀ ਪੈਂਦਾ ਉਹਨਾਂ ਚੋਂ ਜਿਹੜੇ ਸੁਪੀਰੀਅਰ ਕੱਢਣੇ ਹੁੰਦੇ ਉਹ ਡੰਡੇ ਨਾਲ ਨਿਕਲਦੇ ਉਹ ਡੰਡੇ ਨਾਲ ਨਿਕਲਦੇ ਮਤਲਬ ਬਿਲਕੁਲ ਤੇ ਅਸੀਂ ਚੱਕਰ ਮਾਰਨ ਵਾਲਾ ਨਹੀਂ ਨਾ ਰੱਖਣਾ ਇੱਕ ਭਰਾ 7 ਬਹਿ ਰਿਹਾ ਇੱਕ ਭਰਾ 12 ਬਹਿ ਰਿਹਾ ਲੇਕਿਨ ਸਾਡੀ ਜਿਹੜੀ ਆਪਣੀ ਉਹ ਰੱਖੀ ਹੁੰਦੀ ਤੁਸੀਂ ਉਹ ਸਿਲੈਕਸ਼ਨ ਉਹਦੇ ਵਿੱਚ ਤੇ ਤੁਸੀਂ ਬਾਅਦ ਚੋਂ ਕਰਨੀ ਹੈ ਨਾ ਕਿ ਯਾਰ ਮੈਨੂੰ ਡੰਡਾ ਮਾਰਿਆ ਰੋਜ਼ ਫੜਕ ਤੇ ਫੜਕ ਦੇ ਰਿਹਾ ਇਹ ਪੈਰਾਂ ਤੇ ਬੈਠਦਾ ਇਹ ਲੇਟਦਾ ਨਹੀਂ ਇਹ ਆ ਕੇ ਪਾਣੀ ਬੜੀ ਸਪੀਡ ਨਾਲ ਤੋਰਦਾ ਇਹ ਤੇ ਫਿਰ ਉੱਥੇ ਬੈਠੇ ਬੰਦੇ ਨੂੰ ਆਪਣੀ ਨੌ ਹੋ ਨਹੀਂ ਆਉਂਦਾ ਨਾ ਇਸ ਤਰ੍ਹਾਂ ਹੀ ਬਿਲਕੁਲ ਸਹੀ ਮਤਲਬ ਜਿਹੜਾ ਕਬੂਤਰ ਪੈਰਾਂ ਤੇ ਬੈਠਾ ਮੈਂ ਆਪਣੀ ਗੱਲ ਕਰ ਰਿਹਾ ਅਸੀਂ ਫਿਕਸ ਬਾਜ਼ੀ ਉਡਾਈ ਦੀ ਆ ਸਾਡਾ ਇੱਕ ਕਬੂਤਰ ਲਟਕ ਜਾਵੇ ਤੇ 15 ਉੜਦਾ ਨੀ ਲੇਕਿਨ ਅਸੀਂ ਨਵਾਂ ਪਾ ਨਹੀਂ ਸਕਦੇ ਅਸੀਂ ਫਿਰ ਇਸ ਸਿਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਇਆ ਕਬੂਤਰ ਉਹ ਪਾਣਾ ਹੁੰਦਾ ਘੰਟਾ ਘੱਟ ਉੜੇ ਲੇਕਿਨ ਜਿਤਨੀ ਮਰਜ਼ੀ ਹਾਰਡ ਵੇਵ ਚੱਲੇ ਜੋ ਮਰਜ਼ੀ ਹੋਵੇ ਬਵੇ ਪੈਰਾਂ ਤੇ ਔਰ ਆ ਕੇ ਪਾਣੀ ਤੋਰ ਜਾਏ ਜਲਦੀ ਕਿਉਂਕਿ ਅਸੀਂ ਨੈਕਸਟ ਡੇ ਨਾ ਚੇਂਜ ਕਰਨਾ ਨਾ ਹੋਰ ਫੈਸਲਾਬਾਦ ਦੀ ਕਬੂਤਰਬਾਜ਼ੀ ਥੋੜੀ ਡਿਫਰੈਂਟ ਆ ਮੈਂ ਤੇ ਉਸ ਹਿਸਾਬ ਨਾਲ ਗੱਲ ਕਰ ਰਿਹਾ ਕਬੂਤਰ ਡੰਡਾ ਮੈਂ ਵੀ ਉਡਾ ਕੇ ਹੀ ਰੱਖਦਾ ਉਹ ਵੀ ਠੀਕ ਆ ਲੇਕਿਨ ਮੈਨੂੰ ਕੁਛ ਬਰੀਡਾਂ ਦਾ ਪਤਾ ਤੇ ਮੈਂ ਉਹਨਾਂ ਚ ਉਡਾ ਕੇ ਰੱਖਦਾ ਬਿਲਕੁਲ ਸਹੀ ਗੱਲ ਹਾਂ ਬਿਲਕੁਲ ਹਾਂਜੀ ਹੋਰੀ ਆਇਆ ਨਾ ਮੇਰੇ 34 ਨੰਬਰ ਕਬੂਤਰ ਕੋਈ ਗੱਲ ਲਓ ਜੀ ਮਾਸ਼ਾਅੱਲਾ ਇਹ ਮੇਰਾ ਜੋੜਾ ਸੀ ਜੀ ਉਹ ਜਿਹੜਾ ਜਿੱਤ ਜੁੱਤ ਨਹੀਂ ਹੋਇਆ ਫੈਸਲਾਬਾਦ ਚ ਕਿਸੇ ਕੋ ਬਿਲਕੁਲ ਸੇਮ ਐ ਕਬੂਤਰੀ ਸੀ ਮੇਰੀ ਔਰ ਤੂਫਾਨ ਚ ਰਹੀ ਆ ਉਸ ਦਿਨ ਵੀ ਉਹ ਸ਼ਹਿਰ ਪੂਰੇ ਨੂੰ ਥੱਪੇ ਮਾਰਨ ਰਹੀ ਸੀ 3 ਨਿਕਲ ਕੇ ਕੱਲੀ ਉੱਤੇ 3 ਹੋਰ ਸੀ ਨਾਲ ਉਹ ਬਰੀਕ ਸੀ ਤੂਫਾਨ ਵੱਜਾ ਦੇ ਚਲੀ ਗਈ ਕੀਤਾ ਉਹਦਾ ਇੱਕ ਦਿਨ ਮੈਂ ਪਰ ਦੀ ਫੋਟੋ ਲਾਈ ਸੀ ਹਾਂਜੀ ਪਰ ਹੈ ਤੁਹਾਡੇ ਕੋਲ ਬਿਲਕੁਲ ਸੇਮ ਹੈ ਅੱਖ ਹਾਂਜੀ ਔਰ ਇਹ ਵਾ ਮੇਰੇ ਇਲਾਕੇ ਮਤਲਬ ਇਸ ਤੋਂ ਮੈਂ ਦਿਖਾ ਰਿਹਾ ਇਹ ਅੱਖ ਇੱਥੇ ਨਾ ਜੇਠ ਦੇ ਵਿੱਚ ਗਰਮੀ ਚ ਟੈਂਪਰੇਚਰ ਦੇ ਵਿੱਚ ਬਹੁਤ ਕੰਮ ਕਰਦੀ ਇਹ ਉਂਟੇ ਦੇ ਜ਼ਰੇ ਨਜ਼ਰ ਆ ਰਹੇ ਨਾ ਜਦੋਂ ਤੁਸੀਂ ਇਹਨੂੰ ਉਡਾਉਣਾ ਸ਼ੁਰੂ ਕਰਨਾ ਨਾ ਇਹਦੀ ਅੱਖ ਪਲੇਨ ਹੋ ਜਾਣੀ ਜਦੋਂ ਇਹਨੂੰ ਖੁੱਡੇ ਚ